ਨਹੀਂ ਉਹਦੇ ਲੈ ਟੱਕਰਿਆ ਨਹੀਂ ਕਰਾ ਪੜੀ ਜਾਓ ਆਪਣੀ ਮੂੰਹ ਅੱਡੇ ਆਇਆ ਉਹਦੇ ਨੂੰ ਉਦਾਂ ਕਹਿੰਦਾ ਕਿ ਕਿਸੇ ਦਿਨ ਚੱਜ ਨਾਲ ਬੋਲੇ ਬੰਦਾ ਚੱਲੇ ਹਾਂ ਹਾਂ ਜੇ ਤੂੰ ਗੱਲ ਲੱਤ ਬਾਹ ਦਰਾਉਣੀ ਆ ਪੈਸੇ ਸਾਡੇ ਕੋਲ ਇੰਨੇ ਪੈਸੇ ਆ ਨਹੀਂ ਦੇ ਦੇ ਤੇ ਅੱਜ ਰਾਤ ਲਾਉਣੀ ਆਪਾਂ ਤੇ ਰਾਤ ਸਾਰੀ ਲਾ ਕੇ ਰੰਗ ਦਾ ਕੰਮ ਕੰਪਲੀਟ ਕਰਨਾ ਆ ਆਹ ਦੂਜਾ ਕੋਡ ਵੱਜ ਗਿਆ ਜੀ ਦੂਜਾ ਕੋਡ ਵੱਜ ਚੁੱਕਿਆ ਆ ਜੱਸੂ ਜਿਹੜੀ ਸਾਡੀ ਉਹ ਸੌ ਨਹੀਂ ਰਹੀ ਰਾਤ ਨੂੰ ਵੀ ਤੇ ਜੱਸੂ ਕਰਕੇ ਬਹੁਤ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸਾਨੂੰ ਕਿਉਂਕਿ ਇਹ ਸਾਨੂੰ ਕੰਮ ਵੀ ਨਹੀਂ ਕਰਨ ਦਿੰਦੀ ਦਿਨੇ ਵੀ ਨਹੀਂ ਕਰਨ ਦਿੰਦੀ ਰਾਤ ਨੂੰ ਵੀ ਇੱਧਰ ਨਾਟਕ ਬੰਦ ਕਰਨੇ ਪਏ ਇਹਨਾਂ ਦੇ ਕਿਉਂਕਿ ਬਲੌਗ ਬਣ ਰਿਹਾ ਇਸ ਕਰਕੇ ਨਾਟਕ ਬੰਦ ਕਰਨੇ ਪਏ ਆ ਸਾਰਾ ਕੁਛ ਜ਼ਰੂਰੀ ਆ ਜੱਛੂ ਕੀ ਕਰਦਾ ਤੇ ਲਓ ਜੀ ਆਪਾਂ ਇਹ ਕੰਮ ਹੁਣ ਕਰਦੇ ਪਏ ਰੰਗ ਦਾ ਕਰਕੇ ਫੇਰ ਤਾਂ ਨਾ ਜੇ ਤੁਸੀਂ ਬਲੌਗ ਨਾਲ ਬਣੇ ਰਹੇ ਹੋ ਸਾਰੇ ਜਾਣੇ ਅੱਜ ਦੂਜਾ ਕੋਟ ਦਿੱਤਾ ਮਾਰ ਅਸੀਂ ਤੇ ਹੁਣ ਇਹਦੇ ਦੋ ਕੰਧਾਂ ਰਹਿੰਦੀਆਂ ਆ ਸਾਹਮਣੇ ਕਿਹੜਾ ਲਾ ਉਹਦੇ ਹਾਂ ਪਾਪਾ ਕੀ ਹੋਇਆ ਪਾਪਾ ਵਾਹ ਇੱਧਰ ਦੇਖੋ ਕਹਿੰਦੀ ਇੱਧਰ ਕੈਮਰਾ ਕਰੋ ਕੈਮਰਾ ਕਹਿੰਦੀ ਇੱਧਰ ਕਰੋ ਅੱਛਾ ਕਾਟਾ ਖਾ ਲਿਆ ਨੇ ਕਾਟਾ ਖਾ ਲਿਆ ਤਾਂ ਹੀ ਉੱਪਰ ਇੱਕ ਪਰੜੀ ਸੀ ਲੈਨ ਸੀ ਉਹ ਵੀ ਕਰ ਦਿੱਤੀ ਆ ਤੇ ਹੁਣ ਆ ਪਰੜੀ ਦੀਆਂ ਇੱਟਾਂ ਇਹ ਰਹਿ ਗਈਆਂ ਦੇਖੋ ਕਦੋਂ ਹੁੰਦੀਆਂ ਹੁਣ ਤੇ ਇੱਕ ਹੋਰ ਕੰਮ ਆ ਜਿਹੜਾ ਇੱਟਾਂ ਰੰਗਣੀਆਂ ਆਪਣੇ ਕਮਰੇ ਦੀ ਸੈਟਿੰਗ ਕਰਨੀ ਮੈਂ ਕਹਿੰਦਾ ਇੱਕ ਕੰਧ ਅਸੀਂ ਵੀ ਕਰ ਲਈ ਪਰਪਲ ਇੱਕ ਕੰਧ ਅਸੀਂ ਵੀ ਕਰ ਲਈ ਪਰਪਲ ਦੋ ਹੋ ਹੀ ਜਾਣੀ ਸਾਡੀ ਸੋਹਣੀ ਪਰਦੇ ਲੱਗ ਰਹੇ ਆ ਜੀ ਤੇ ਉਧਰ ਜਿਹੜਾ ਦੂਜਾ ਕੋਲ ਕੱਢਣੀ ਕਾਹਤੋਂ ਆਏ ਅਲਮਾਰੀ ਰੱਖਣੀ ਤੇ ਅੱਗੇ ਕੱਢ ਕੇ ਰੱਖੀ ਸੀ ਤਾਂ ਹੋਰ ਮਗਰ ਸਪੇਸ ਰਹਿਣ ਦੇ ਝਾੜੂ ਵੱਜ ਜਾਊਗਾ ਅਲਮਾਰੀ ਚ ਸਾਰਾ ਸਮਾਨ ਜਿਹੜਾ ਉਹ ਨਜ਼ਰ ਆਉਂਦਾ ਆ ਕੋਈ ਪ੍ਰਾਈਵੇਟ ਸਮਾਨ ਵੀ ਹੁੰਦਾ ਤੇ ਫਿਰ ਉਹ ਚੰਗਾ ਨੀ ਲੱਗਦਾ ਇਦਾਂ ਉਹ ਇੱਧਰ ਹੁੰਦੀ ਨੀ ਉਹ ਖੋਲਦੀ ਪਈ ਆ ਕਟਾ ਉਹ ਲਿਆ ਤਾਂ ਜਮੂਰਾ ਲਾਲ ਜਿਹਾ ਜਮੂਰਾ ਉਹ ਲਿਫਾਫੇ ਪਿਆ ਜਮੂਰਾ ਚੱਕ ਲਿਆ ਇੱਧਰ ਸਾਰਾ ਆਪਾਂ ਕੀਤਾ ਸੀਗਾ ਅੱਜ ਪੱਧਰਾ ਤੇ ਉਧਰੋਂ ਵੀ ਕਰਨਾ ਆ ਰਹੇ ਇਹਦੇ ਵਿੱਚ ਆਹਾਂ ਇਹ ਨੱਕ ਮਾ ਕੇ ਕੱਢ ਲਾ ਡੈਡੀ ਆ ਗਏ ਦੇਖ ਡੈਡੀ ਨੂੰ ਬੋਲਣਾ ਇਹਨਾਂ ਦਾ ਦਿਮਾਗ ਖਰਾਬ ਜਿੱਦਾਂ ਨਾਟ ਖੋਲੀ ਤਾਂ ਇੱਦਾਂ ਘਮਾ ਦੇ ਵਿੱਚੋਂ ਹਾਂ ਤੂੰ ਪਹਿਲਾਂ ਚਮਚੇ ਨਾਲ ਖੋਲਣ ਦੇ ਹੀ ਇਹਦੇ ਤੇ ਕੀ ਕਰ ਲੱਗੇ ਡੈਡੀ ਕਹਿੰਦਾ ਦਿਮਾਗ ਖਰਾਬ ਹੋਇਆ ਅਲਮਾਰੀ ਹੁਣ ਫੇਰ ਇੱਥੇ ਰੱਖਣ ਲੱਗੇ
ਦਿਮਾਗ ਦਾ ਆਪੇ ਗਿਆ। ਅਲਮਾਰੀ ਦੇ ਅਲਮਾਰੀ ਦੇ ਵਿੱਚ ਵੱਜਣੀ ਬਾਪੂ ਦਾ ਕਹਿੰਦਾ ਮਰ ਹੋਇਆ ਪੱਖਾ ਕਰ ਬੰਦ ਕਿਤੇ ਪਨਾਹ ਬੰਦ ਕੀਤਾ ਫੇਰ ਆਵਾਜ਼ ਨੀ ਕਲੀਅਰ ਸੁਣਦੀ ਲਾਗੇ ਚਾੜਿਆ ਉਹਦੇ ਉੱਪਰ ਹੀ ਤੇ ਉਹ ਖੁੱਲੂ ਇਹਨੂੰ ਧੱਕਾ ਕਿੱਦਾਂ ਮਾਰੂੰਗੀ ਜ਼ੋਰ ਕਿੱਦਾਂ ਮਾਰੂੰਗੀ ਉਹਨੂੰ ਦੇਖੀ ਤਾਂ ਨਿਕਲਦਾ ਹੋਣੀ ਇੱਕ ਮਿੰਟ 'ਚ ਇੱਕ ਮਿੰਟ ਵੀ ਲੱਗਣਾ ਲਓ ਜੀ ਇੱਧਰ ਖੁੱਲ ਰਿਹਾ ਉਹ ਦੇਖਿਓ ਉਹ ਪੈ ਗਿਆ ਪੰਗਾ 84 ਦਾ ਪੈ ਗਿਆ ਨਾ ਪੰਗਾ ਲੈ ਲਓ ਨਿਕਲ ਗਿਆ ਬਾਪੂ ਡਿੱਗਣ ਦਾ ਮਾੜਾ ਜਿਹਾ ਤੈਨੂੰ ਕਰਦੇ ਥੱਲੇ ਨਾ ਹਰੇ ਅਲਮਾਰੀ ਦੇ ਕਿਤੇ ਦੇ 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 ਚੱਲ ਚੱਲ ਆਹੋ ਪਹਿਲਾਂ ਕੱਪੜੇ ਲੱਗ ਤੇ ਬਾਅਦ ਚੋਂ ਚੱਕਤਾ ਆਹ ਇੱਕ ਵਾਰੀ ਸੈੱਟ ਕਰਕੇ ਰੱਖੇ ਆ ਸੂਟ ਇਹਦੇ ਵਿੱਚ ਤੇ ਆਹ ਸੂਟ ਰੱਖੇ ਆਪਾਂ ਜੀ ਬਸ ਹੁਣ ਬਹੁਤ ਹੋ ਗਿਆ ਚਲੋ ਕਰ ਕਰ ਲੱਕ ਡਿਸਕਾ ਹਿਲਾ ਲੈਣੀਆਂ ਤੁਸੀਂ ਕਦੀ ਇੱਧਰ ਕਰਕੇ ਕਦੀ ਉੱਧਰ ਕਰਕੇ ਪਾਗਲਾਂ ਪਹਿਲੇ ਬਾਅਦ ਚ ਰੱਖ ਦਿੰਦੀ ਹੁਣ ਚੱਕ ਕੇ ਸਾਰਾ ਰੁਮਾਲ ਸਮਾਜ ਤੇ ਰੱਖ ਦਿੱਤਾ ਬਾਹਰ ਰੱਖਣਾ ਹੁਣ ਆਪਣੇ ਕਮਰੇ ਦੀ ਵੀ ਸੈਟਿੰਗ ਹੁੰਦੀ ਤਾਂ ਉਧਰ ਸੋ ਕਿੱਦਾਂ ਕਰਨੀ ਕੀ ਕੱਢਣ ਦੀ ਆ ਡੈਣੀ ਮੰਮੀ ਦੇ ਬਾਲ ਮੰਮੀ ਬਾਲ ਉਹੀ ਬਣਾਇਆ ਲਓ ਜੀ ਆ ਗਈ ਲਓ ਜੀ ਰੰਗ ਬਣਨ ਦੇ ਆ ਹੁਣ ਲੱਗਾ ਬਣਨ ਰੰਗ ਆ ਹੋ ਗਿਆ ਜੀ ਰੰਗ ਆ ਵਾਲਾ ਕਲਰ ਲੋ ਜੀ ਰੰਗ ਕਹਿੰਦੇ ਵਾਈਟ ਰੱਖਣਾ ਪੈਣਾ ਥੋੜਾ ਜਿਹਾ ਆਹੋ ਬਾਟ ਨੇ ਬਹੁਤ ਖਰਾਬ ਕਰ ਲਈ ਲੋ ਜੀ ਹੁਣ ਵਾਈਟ ਰੰਗ ਥੋੜਾ ਜਿਹਾ ਸਾਨੂੰ ਰੱਖਣਾ ਪੈਣਾ ਉਹ ਲੱਗੇ ਰੱਖਣਾ ਹੁਣ ਵਾਈਟ ਜਦੋਂ ਪੈਂਦਾ ਕਿੰਨਾ ਸੋਹਣਾ ਲੱਗਦਾ ਵਾਹ ਲੋ ਜੀ ਰੰਗ ਜਿਹੜਾ ਬਣ ਕੇ ਤਿਆਰ ਹੋ ਗਿਆ ਹਾਂ ਹੁਣ ਹੋਇਆ ਕੱਪੜੇ ਡੈਡੀ ਕਹਿੰਦੇ ਕੱਪੜੇ ਵਿੱਚ ਤਾਂ ਹੀ ਤਾਂ ਡਰ ਡਰ ਕਰਨ ਲੱਗੇ ਮੰਮੀ ਦੇ ਕਮਰੇ ਦੇ ਰੰਗ ਅਸੀਂ ਕਿਹਾ ਮੰਮੀ ਕਿਤੇ ਨਾਰਾਜ਼ ਨਾ ਹੋਵੇ ਕਿਤੇ ਫਿੱਕਾ ਕਰ ਦਿੱਤਾ ਰੰਗ ਨਾਲ ਤੇ ਮੰਮੀ ਸੂਟ ਪਾਇਆ ਕਰੋ ਨੀਤੀ ਚਾਹੀਦਾ ਸਭ ਪਤਾ ਮੈਨੂੰ ਕਿੱਦਾਂ ਰੰਗ ਕਰੀਦਾ ਮੈਂ ਰੰਗ ਕਰ ਕਰ ਛੱਡ ਦਿੱਤੇ ਆ ਹੁਣ ਡੈਡੀ ਇਹ ਕੰਮ ਕਰ ਕਰਕੇ ਛੱਡ ਦਿੱਤੇ ਆ ਕੋਠੀ ਡੈਡੀ ਕਹਿੰਦੇ ਕੋਠੀਆਂ ਦਾ ਕੰਮ ਕਰਦੀ ਸਾਰੇ ਮੈਂ ਹੀ ਬਣਾਏ ਰੰਗ ਇਹ ਉਹ ਡੈਡੀ ਤਾਰਾਂ ਲਈ ਨਾ ਕੁਛ ਲੈ ਕੇ ਆਵੋ ਜਿਹੜੀਆਂ ਤਾਰਾਂ ਉਹ ਜਿਹੜੇ ਦੀਦੀਆਂ ਨਾ ਉਸ ਵਿੱਚ ਮਤਲਬ ਕਿ ਫਿੱਟ ਹੋਣ
ਕੀਤਾ ਜੋ ਇਹਦੇ ਤੇ ਆਉਂਦਾ ਫਿੱਟ ਕਰਨ ਨੂੰ ਟੂਟਣਾ ਜਿਹਾ ਜਿਹੜਾ ਹੁੰਦਾ ਇਹਦਾ ਲਾਉਣ ਵਾਲਾ ਕਿਉਂਕਿ ਇਹ ਚੰਗਾ ਹੀ ਲੱਗਦਾ ਰੰਗ ਕੀਤੇ ਤਾਂ ਉਦੇ ਭੈੜਾ ਲੱਗਣਾ ਆਹੋ ਅੱਗੇ ਪਲੇਟਾਂ ਪਈਆਂ ਤੁਹਾਡੇ ਹੋਰ ਨਾ ਪਹਿਲਾਂ ਉੱਪਰੋਂ ਕਰਦੀ ਆਉਣੀ ਸਾਂ ਅਸੀਂ ਤਾਂ ਮਜ਼ਾਕ ਕੀਤਾ ਤੁਹਾਡੇ ਸਾਹਮਣੇ ਮਾਂ ਸੱਚੀ ਮੰਨ ਕੇ ਬਹਿ ਗਈ ਘੋੜੀ ਚੱਕਣ ਆ ਗਈ ਬੜਾ ਘੋੜੀ ਕਰਕੇ ਲੜਾਈ ਹੋ ਗਈ ਜੀ ਅੱਜ ਤੇ ਅੱਜ ਧਮਾਕਾ ਹੋਣ ਲੱਗਾ ਸੀਗਾ ਬਚਾਅ ਹੋ ਗਿਆ ਚੱਲ ਉੱਪਰ ਚੜ ਕੇ ਕਰਦੇ ਜਿਹੜਾ ਕਰਨਾ ਰੰਗ ਲੈ ਲਿਆ ਥੱਲੇ ਤੱਕ ਭਰ ਕੇ ਇੱਕ ਵਾਰ ਚੰਗਾ ਨਾ ਇੱਦੀ ਥੱਲੇ ਤੱਕ ਲਾਇਆ ਬਸ ਦੂਰੋਂ ਥੋੜਾ ਇੱਕੋ ਜਿਹਾ ਲੱਗਣ ਦਿਆ ਚੜ੍ਹਨ ਤੇ ਪਤਾ ਲੱਗਣਾ ਨਾ ਲਓ ਜੀ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਆ ਪਿੰਕ ਕਲਰ ਵੀ ਕਰ ਲਿਆ ਕਿਉਂਕਿ ਸਾਰਿਆਂ ਨੇ ਪਿੰਕ ਤੇ ਪਰਪਲ ਕਹਿ ਰਹੇ ਸੀਗੇ ਤੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚੰਗਾ ਲੱਗੇ ਚਾਹੇ ਨਾ ਲੱਗੇ ਬਟ ਇਹ ਕਰ ਦਿੱਤਾ ਕੋਈ ਇੰਨਾ ਸਾਰਾ ਪਿਆਰ ਦੇਣੇ ਤੁਸੀਂ ਸਾਡੇ ਸਾਰੇ ਬਲੌਗਸ ਨੂੰ ਤੇ ਅਸੀਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਤੁਹਾਡੇ ਲਈ ਇੱਦਾਂ ਸਾਨੂੰ ਪਿਆਰ ਕਰਦੇ ਰਹੋ ਸਾਰੇ ਬਲੌਗਸ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਤੁਹਾਡਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਨੀਚੇ ਲਾਈਕ ਕਰ ਲਾਈਕ ਦਾ ਬਟਨ ਉਹਨੂੰ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਲੈ ਜਾਣਾ ਨੂੰ ਸਬਸਕ੍ਰਾਈਬ ਜਿਨ੍ਹਾਂ ਵੀਰਾਂ ਭੈਣਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਬਲੌਗ ਨਾਲ ਇੱਦਾਂ ਸਾਰੇ ਬਣੇ ਰਹੋ ਬਲੌਗ ਇੰਟਰਸਟਿੰਗ ਬਣਨ ਵਾਲਾ ਹੈ ਅੱਗੇ ਤੋਂ ਅੱਗੇ ਤੇ ਹੁਣ ਮੈਂ ਜਾ ਰਿਹਾ ਤੇ ਇਹ ਆਪਣੇ ਰੰਗ ਕਰਨਗੇ ਘਰ ਮੈਨੂੰ ਥੋੜ੍ਹਾ ਕੰਮ ਪੈ ਗਿਆ ਮੈਨੂੰ ਜਾਣਾ ਪੈਣਾ ਹੈ ਜ਼ਰੂਰੀ ਕਿਤੇ ਤੇ ਹੁਣ ਦੇਖਦੇ ਘਰ ਕੀ ਕਰਦੇ ਆ ਮੇਰੇ ਆਉਂਦੇ ਤੱਕ ਆਹ ਵੀ ਕੰਧ ਉਹ ਵੀ ਕੰਧ ਤੇ ਆਹ ਵੀ ਕੰਧ ਤਿੰਨੇ ਆਹ ਉਹ ਤੇ ਆਹ ਤਿੰਨੇ ਕੰਧਾਂ ਹੋ ਜਾਣੀ ਚਾਹੀਦੀ ਉਹ ਸਾਰਾ ਕੰਮ ਤੁਹਾਡਾ ਹੀ ਆ ਪੁੱਟੀ ਪੱਟੀ ਲਾਉਣਾ ਜੋ ਵੀ ਘੋਲੋ ਘੋਲਣੀ ਵੀ ਆ ਤੇ ਲਾਉਣੀ ਵੀ ਆ ਘੋਲਣੀ ਵੀ ਲਾਉਣੀ ਵੀ ਤੁਹਾਡਾ ਕੰਮ ਹੈ ਛੱਡ ਦੇ ਛੱਡ ਦੇ ਛੱਡ ਦੇ
ਕਿਆ ਆ ਗਈ ਮਿਸਤਰੀਆਂ ਦੀ ਜੀ ਪੁਰਾਣੇ ਬਜ਼ੁਰਗ ਪੁਰਾਣੀਆਂ ਖੁਰਾਕਾਂ ਹੁੰਦੀਆਂ ਵਧੀਆ ਖੁਰਾਕਾਂ ਸੀਗੀਆਂ ਉਹਨਾਂ ਦੀਆਂ ਸਾਰੀਆਂ ਉਸ ਟਾਈਮ ਜਿਹੜੇ ਨਸ਼ੇ ਸੀ ਉਹ ਵੀ ਵਧੀਆ ਸੀਗੇ ਦੇਸੀ ਨਸ਼ੇ ਸੀਗੇ ਜਿਹੜੇ ਜਿਹੜੇ ਕੁਦਰਤੀ ਤੌਰ ਤੇ ਹੁੰਦੇ ਉਹ ਚੀਜ਼ਾਂ ਸੀਗੀਆਂ ਇਹ ਹੁਣ ਨਸ਼ੇ ਉਹ ਆ ਜਿਹੜੇ ਇਨਸਾਨ ਆਪ ਬਣਾਉਂਦਾ ਉਸ ਟਾਈਮ ਹੁੰਦੀ ਸੀ ਫੀਮ ਡੋਡੇ ਉਹ ਦੇਸੀ ਖੁਰਾਕ ਉਹ ਧਰਤੀ ਜ਼ਮੀਨ 'ਚ ਉੱਗਦੀਆਂ ਚੀਜ਼ਾਂ ਕੁਦਰਤੀ ਚੀਜ਼ਾਂ ਸੀ ਉਹ ਉਹਨਾਂ ਦਾ ਕੋਈ ਨੁਕਸਾਨ ਨਹੀਂ ਸੀਗਾ ਇਹ ਇਨਸਾਨ ਆਪ ਬਣਾਉਣ ਦਿਆ ਇਹਦਾ 3 ਸਾਲ ਜੇ ਕੋਈ ਪੀ ਲਿਆ ਤਾਂ ਮਰ ਗਿਆ 3 ਸਾਲ ਵਿੱਚ ਮੌਤ ਆ ਬੰਦੇ ਦੀ 3 ਸਾਲ ਲਾਸਟ ਇਹ ਡੇਟ ਇਹਨਾਂ ਨੂੰ ਪੈ ਗਿਆ ਸੀ ਥੋੜਾ ਜਿਹਾ ਕੰਮ ਤੇ ਅੱਜ ਲੱਗੀ ਆ ਡੈਡੀ ਦੀ ਡਿਊਟੀ ਪੁੱਟੀ ਕਰਨ ਤੇ ਡੈਡੀ ਦੇ ਇਹਦੇ ਪੁੱਟੀ ਆ ਡੈਡੀ ਡਿਊਟੀ ਲਾਤੀ ਆ ਇੱਥੇ ਇੱਥੇ ਕਹਿ ਕੇ ਅੱਛਾ ਇੱਥੇ ਤੇ ਉੱਪਰ ਹਨਾ ਲਓ ਇਹ ਡੈਡੀ ਡਿਊਟੀ ਲੱਗ ਚੁੱਕੀ ਆ ਤੇ ਮੇਰਾ ਜਿਹੜਾ ਕੰਮ ਆ ਉਹ ਕਲੀਅਰ ਹੋ ਗਿਆ ਆ ਆਪਾਂ ਕਰ ਦਿੱਤਾ ਆ ਜੀ ਰੰਗ ਸਾਰਾ ਹੀ ਤੇ ਉਹ ਉੱਪਰੋਂ ਰਹਿ ਗਿਆ ਆ ਉੱਪਰੋਂ ਨਾ ਉਹ ਥੋੜ੍ਹੀ ਜਿਹੀ ਸਫਾਈ ਕਰਨ ਵਾਲੀ ਆ ਖੂੰਜੇ ਦੀ ਤੇ ਉੱਥੋਂ ਤਾਂ ਹੋਣਾ ਆ ਉਹ ਬਾਅਦ 'ਚ ਤੇ ਆਪਾਂ ਆਪਣਾ ਕੰਮ ਨਿਬੇੜ ਕੇ ਤੇ ਆਪਾਂ ਪੈ ਗਏ ਆ ਜੀ ਲੰਮੇ ਆਪਾਂ ਕਹਿੰਦੇ ਥੋੜ੍ਹਾ ਚਿਰ ਅਸੀਂ ਕਰਦੇ ਆ ਰੈਸਟ ਤੇ ਹੁਣ ਤਿਆਰੀ ਦਾ ਕੰਮ ਉੱਧਰੋਂ ਨਿਬੜੂਗਾ ਫਿਰ ਉਹ ਕੰਧ ਕਰਨੀ ਆ ਮੈਂ ਰੰਗਣੀ ਆ ਮਤਲਬ ਕਿ ਰੰਗ ਕਰਨਾ ਉਹ ਕੰਧ 'ਤੇ ਫਿਰ ਉਹ ਕੰਧ ਸਟਾਰਟ ਕਰ ਦੇਣੀ ਆ ਮੈਂ ਹੁਣ ਡੈਡੀ ਹੁਣ ਜੇਕਰ ਪੁੱਟੀ ਕਰ ਲੈਣਾ ਡੈਡੀ ਜੀ ਆ ਜਿਹੜਾ ਢੋ ਚੱਕ ਕੇ ਪਿੱਛੇ ਦਾ ਰੰਗ ਹੋ ਹੀ ਜਾਣਾ ਆ ਉਹ ਥੋੜ੍ਹਾ ਕੀਤੀ ਆ ਪੁੱਟੀ ਹੈਨਾ ਲਓ ਜੀ ਇੱਧਰ ਡਿਊਟੀ ਲੱਗੀ ਆ ਜੀ ਸੈਰ ਜਸਲੀਨ ਨੂੰ ਚੱਕਣ ਦੀ ਇਹ ਕਹਿੰਦੇ ਚੰਗੀ ਤਰ੍ਹਾਂ ਨਾ ਉਹ ਇਹਨੂੰ ਰਲਾ ਲਿਓ ਹੋਰ ਘੋਲ ਲਓ ਪਈ ਬੋਰੇ 'ਚ ਮੈਮ ਮੈਮ ਕਹਿੰਦੇ ਪਹਿਲਾਂ ਆਪ ਸਾਰੀ ਲਾ ਕੇ ਲਾ ਲਓ ਫਿਰ ਉਹਨੂੰ ਘੋਲ ਕੇ ਨਾ ਫਿਰ ਲਾਇਓ ਪਤਲੀ ਨਹੀਂ ਕਾਲੀ ਲਾ ਦੀ ਹੈ ਬਹੁਤ ਵਧੀਆ ਬਹੁਤ ਵਧੀਆ ਮੰਮੀ ਅੱਜ ਡੈਡੀ ਕੰਮ ਲੱਗਿਆ ਕਿੱਦਾਂ ਮਹਿਸੂਸ ਹੋ ਰਿਹਾ ਡੈਡੀ ਮੰਮੀ ਕਹਿੰਦੇ ਕੰਮ ਕਰਦੇ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਡੈਡੀ ਔਰ ਮੰਮੀ ਲਾਲੋ ਨਾਲ ਆ ਕਹਿੰਦੀ ਨਾ ਨਾ ਆ ਰਹੀ ਕਹਿੰਦੀ ਨਾ ਨਾ ਹੱਥ ਵੀ ਮਾਰਦੀ ਕਹਿੰਦੀ ਮੈਨੂੰ ਲੰਮੀ ਪੈਣਾ ਪੈ ਗਿਆ ਨਾ ਨਾ ਕਹਿੰਦੀ ਕੰਮ ਛੱਡ ਦੋ ਮੈਨੂੰ ਚੱਕ ਲਓ ਦੇਖ ਡੈਡੀ ਤੁਹਾਨੂੰ ਬੁਲਾਉਂਦੀ ਆ ਆ ਰੇ ਕਹਿ ਡਾਡੂ ਕਹਿ ਡਾਡੂ ਜੀ ਉਹ ਸਾਡੀ ਖੇਡਣ ਦੀ ਦਾਦੀ ਨਾਲ
ਤੇ ਡੈਡੀ ਨੇ ਪੁੱਟੀ ਮਾਰ ਦਿੱਤੀ ਆ। ਹੁਣ ਮੈਂ ਲੱਗੀ ਕਰਾਂ ਇਹ ਕੰਧ ਰੰਗ। ਬੰਦੇ ਨੇ ਆ ਕੇ ਲੋਕ ਸਾਜ ਇੰਨੀਆਂ ਕੱਢਣੀਆਂ ਮੇਰੇ ਰੰਗ ਚ ਸਾਰੀਆਂ ਨੇ ਕੱਢੀ ਹੋਵੇ ਹੈ। ਚੱਲ ਮੰਮੀ ਨੇ ਫਾਹ ਨਵੇੜਤਾ। ਚਲੋ ਜੀ ਨਹੀਂ ਇੰਨਾ ਮਹਿੰਗਾ ਰੰਗ ਰਹਿੰਦੇ ਆ, ਹੁਣ ਸਫਾਈ ਵੀ ਤਾਂ ਹੋਣੀ ਚਾਹੀਦੀ ਆ। ਜਿੱਦਾਂ ਆ ਆਈ ਦੋ ਕੰਧਾਂ ਦੇ ਸਫਾਈ ਇੱਦਾਂ ਹੀ ਹੋਣੀ ਜਦੋਂ ਪੁੱਟੀ ਮਾਰ ਕੇ। ਚਿੜੀਆਂ ਤੋਂ ਮੋਰ ਮਰਾਂਗਾ। ਮੈਂ ਗਰਮੀ ਚ ਕੰਮ ਕਰਨਾ ਹੁੰਦਾ ਨਾ ਤੇ ਮੈਂ ਜਲੈ ਚ ਚੱਲ ਜਾਣਾ ਸੀ, ਮੈਂ ਜਲੈ ਚ ਚੱਲ ਜਾਣਾ ਸੀ, ਮੈਂ ਸਿਆਲਾਂ ਨੂੰ ਜਾਣਾ ਇਸ ਕਰਕੇ ਸਿਆਲਾਂ ਨੂੰ ਠੀਕ ਰਹਿੰਦਾ। ਜਾਨੀਆਂ ਕਰਦੀਆਂ ਨੀ ਦੇਖੀ ਜਾ ਕੇ ਕਰਦੀਆਂ ਰੰਗ ਕਰਦੀਆਂ ਮਿਸਤਰੀਆਂ ਦੇ ਕੰਮ ਵੀ ਕਰਦੀਆਂ ਜਾਨੀਆਂ ਕਰਦੀ ਆ। ਬੁੜੀਆਂ ਚੋਰਸ ਵਾ ਪਾਉਣੀ ਕਿਹੜਾ ਰੰਗ ਤੂੰ ਜੇ ਮੁਕਾ ਜਾ ਨਹੀਂ ਬੰਦੇ ਕਹਿੰਦਾ ਕਿੱਥੇ ਕਿੱਥੇ ਲਾਇਆ ਰੰਗ ਹਾਂ ਤਾਂ ਕੰਧ ਕਹਿ ਕੀਤੀ।
ਮਾਂ ਦੇ ਆਪ ਤੂੰ ਇੱਥੇ ਰਹਿਣ ਦੇ ਆਪੇ ਗੱਲ ਹੋਊ ਰੰਗ ਹਾਲ ਵਿੱਚ ਮਾਰ ਡੱਬੇ ਜਿਹਾ ਨੂੰ ਮਾਰ ਦੇ ਬਸ ਝਾੜੂ ਖੱਬੇ ਹੱਥ ਸੱਜੇ ਹੱਥ ਕਰੀ ਆ ਝਾੜੂ ਖੱਬੇ ਹੱਥ ਸੱਜੇ ਹੱਥ ਕਰੀ ਆ ਝਾੜੂ ਮਾਰਿਆ ਮੈਂ ਇੱਧਰ ਫੜ ਕੇ ਉੱਧਰ ਫੜ ਲਿਆ ਉੱਧਰ ਫੜ ਕੇ ਉੱਧਰ ਫੜ ਲਿਆ ਕੀ ਕਹਿਣਾ ਇੱਥੇ ਤੂੰ ਵੀਡੀਓ ਬਣਾਉਂਦੀ ਆਪਣੀ ਤੇ ਕਹਿੰਦੀ ਮੈਂ ਵਿੱਚ ਆਵਾਂ ਮੇਰੀ ਸਿਫਤ ਕਰੇ ਕੇ ਕਾਨੀ ਕਾਨੀ ਡੋਲੇ ਨੰਗੇ ਰੱਖੇ ਹੋ ਪਤਲੀ ਮੁੜਦੇ ਖੰਘ ਆਇਆ ਮੁੜਦੇ ਖੰਘ ਆ ਗਿਆ ਦੇਖਿਆ ਨੀ ਤੁਸੀਂ ਸੰਘਾ ਜਾਨਵਰ ਨੀ ਹੁੰਦਾ ਆ ਸੰਘਾ ਹੁੰਦਾ ਹੈ ਦਸ ਬੰਦ ਲਾਉਣੀ ਆ ਪੈਸੇ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਪੱਟੀ ਲੱਗਣੀ ਪੱਟੀ ਲੱਗਣੀ ਪੱਟੀ ਕੀ ਹੁੰਦੀ ਆ ਪੱਟੀ ਉਹ ਮਰੀਜ਼ਾਂ ਦੀ ਪੱਟੀ ਕਹੀ ਜਾਂਦੀ ਦੋਸਤੋ ਕਿੰਨੀ ਵਾਰੀ ਫੇਰੀ ਜਾਂਦੀ ਉੱਪਰ ਫੇਰੀ ਜਾਂਦੀ ਤਾਂ ਰੰਗ ਮੁੱਕਦਾ ਕੰਧ ਨੇ ਪੀ ਜਾਣਾ ਮਾੜ ਉੱਪਰ ਤੇ ਹੱਥ ਬੋਲ ਦਿੱਤਾ ਹੁਣ ਉਹ ਧਾਰੀਆਂ ਦੀਦੀਆਂ ਚੱਲ ਤੂੰ ਵੀ ਕਰ ਰੈਸਟ ਕਰ ਇਸਤਰੀ ਸਾਹਿਬ ਆ ਗਏ ਸੀ ਆਪਣਾ ਕੰਮ ਕਰਕੇ ਗਏ ਸੀ ਕਿਤੇ ਤੇ ਹੁਣ ਲੱਗ ਪਏ ਆ ਪੱਟੀ ਕਰਨ ਜਿਹੜਾ ਕੰਮ ਇਹਨਾਂ ਦਾ ਸੀ ਉਹ ਇਹ ਲੱਗ ਪਏ ਹਨ ਕਰਨ ਦਿਹਾੜੀ ਹੁਣੀ ਖਾਂਦੇ ਪਏ ਆ ਰੋਟੀ ਇੱਧਰ ਰਿਪੇਅਰ ਹੋ ਗਈ ਸੀ ਉਹ ਖਾਣਾ ਰਹਿੰਦਾ ਸੀ ਰਿਪੇਅਰ ਕਰਨ ਵਾਲਾ ਉਹ ਕਰ ਦਿੱਤਾ ਆ ਤੇ ਹੁਣ ਇੱਧਰ ਖਾਣਾ ਰਿਪੇਅਰ ਹਾਂ ਦੱਸਿਓ ਕਿ ਅਲਮਾਰੀ ਕਿੱਦਾਂ ਬਣਾਈਏ ਉਹਦਾ ਸਾਡਾ ਰਾਤਾ ਇੱਕ ਇਹ ਵੀ ਹੈਗਾ ਆ ਕਿ ਵਿੱਚ ਜਿਹੜੇ ਸ਼ੀਸ਼ੇ ਲਗਾ ਕੇ ਨਾ ਤੇ ਉੱਪਰ ਪਰਦਾ ਲਾਉਣਾ ਫਿਰ ਉੱਪਰ ਪਰਦਾ ਇੱਦਾਂ ਲੱਗ ਜਾਵੇ ਤੇ ਜਿਹੜੇ ਉੱਪਰ ਆ ਖਾਣੇ
ਤੁਸੀਂ ਜ਼ਰੂਰ ਦੱਸਿਓ ਕਿ ਉੱਪਰਲੇ ਵਾਲਾ ਕੀ ਕਰੀਏ, ਪੜਦੇ ਲਾਈਏ ਕੀ ਕਰੀਏ, ਤਾਂ ਪੜਦੇ ਗਿਆ ਹੀ ਸਾਰਿਆਂ ਨੇ, ਬਟ ਇੱਕ ਵਾਰੀ ਦੱਸ ਦਿਓ ਸਾਨੂੰ ਫੇਰ, ਕਿਉਂਕਿ ਹੁਣ ਤਾਂ ਕੰਮ ਅਸੀਂ ਕਰ ਹੀ ਦੇਣਾ ਇਹਦਾ, ਬਸ ਰੰਗ ਸਾਡਾ ਜਿਹੜਾ ਤਿੰਨ ਹੈ ਉਹ ਹੋ ਗਏ ਆ, ਇਹ ਤਿੰਨ ਅਤੇ ਦੋ ਇੱਕ ਕੰਧ ਰਹਿ ਗਈ ਆ, ਬਸ ਇਹ ਵੀ ਹੁਣ ਕੰਪਲੀਟ ਹੋਣ ਵਾਲੀ ਆ, ਬਸ ਘਰ ਦੇ ਚੱਲੇ ਆ ਬਾਂਡੇ, ਅਤੇ ਨਾਲ ਸਹਿਜ ਵੀ ਚੱਲੀ ਆ, ਸਹਿਜੂ ਕਹਿੰਦੀ ਮੈਂ ਵੀ ਨਾਲ ਹੀ ਜਾਣਾ, ਜਿੱਥੇ ਮੇਰੀ ਦਾਦੀ ਦਾਦੂ ਉੱਥੇ ਮੈਂ, ਅਤੇ ਮੈਂ ਜਸਲੀਨ ਤੇਰੇ ਪਾਪਾ ਅਸੀਂ ਘਰੇ ਹਾਂ, ਦਾਦੀ ਵੀ ਤੁਹਾਨੂੰ ਦਿਖਾਉਂਦੇ ਆ ਬਈ, ਦਾਦੀ ਦੀ ਐਂਟਰੀ ਲੱਗੀ ਹੁਣ, ਲਓ ਆਹ ਦਾਦੀ ਆ ਜੀ, ਦਾਦੀ ਵੀ ਚੱਲੀ ਆ ਬਾਂਡੇ, ਅਤੇ ਇੱਧਰ ਡੈਡੀ, ਲਓ ਜੀ ਹੈਂ, ਆਹੋ ਦਾਦੀ ਕਹਿੰਦੀ ਮੇਰੀ ਫੋਟੋ ਦਿਖਾ ਦਿਓ, ਬਾਂਡੇ ਚੱਲੇ ਜੀ, ਇਹਨੇ ਹੁਣ ਦੋ ਦਿਨ ਬਾਅਦ ਆਉਣਾ ਆ, ਕਿੰਨੇ ਦਿਨ ਬਾਅਦ ਆਉਣਾ, ਅੱਛਾ ਦੋ ਦਿਨ ਬਾਅਦ ਆਉਣਾ ਹੈ ਜੀ ਇਹਨਾਂ ਨੇ, ਡੈਡੀ ਕਹਿੰਦੇ ਸ਼ਾਇਦ ਮੈਂ ਤੇ ਸ਼ਾਇਦ ਆ ਗਈ, ਹਾਏ ਹਾਏ, ਲਓ ਚੱਲੇ ਹੁਣ ਘਰ ਦੇ ਬਾਂਡੇ ਛਾਂਡੇ, ਕਹਿੰਦੇ ਅਸੀਂ ਬਾਂਡਾ ਘੁੰਮੇ ਹੀ ਆ ਹੁਣ, ਉਹਦੀ ਛੱਡਣ ਚੱਲੇ ਇਹਨਾਂ ਨੂੰ ਮੰਮੀ ਡੈਡੀ ਨੂੰ, ਗੱਠੜੀ ਗੱਠੜੀ ਵੀ ਖਾਂਦੀ ਆ, ਬੈਗ ਐਡਾ ਮੈਨੂੰ ਲੱਗਦਾ ਨੀ ਮੰਮੀ ਨੂੰ ਦੱਸ ਦੇਣਾ ਆਊਗੀ, ਮਾਤਾ ਬੈਗ ਦਾ ਇੱਦਾਂ ਭਰਿਆ ਚੱਲੇ ਆ ਪੁੱਤੋ, ਹਾਏ ਹਾਏ ਕਿੱਦਾਂ ਕਾਹਲੀ ਪੈਂਦੀ, ਦੇਦੀ ਆ ਹਾਏ ਦੇਦੀ ਦੇ, ਬਾਏ ਕਰਦੇ ਬਾਏ ਬਾਏ ਕਰਦੇ ਬਾਏ ਕਰਦੇ, ਨਾਲੇ ਕਿੱਦਾਂ ਆਇਆ ਕਾਲੂ, ਉਹ ਬਾਏ ਕਰਦੇ ਚੱਲੇ, ਹਾਂ ਜੰਗੂ ਬਾਏ ਜਸੂ ਬਾਏ, ਵਿਚਾਰੀ ਲਓ ਜੀ ਚਲੇ ਗਏ, ਗੁਲਾਬੀ ਕਿਹਨੂੰ ਚਲੇ ਗਏ, ਚਲ ਗਏ ਦਾਦੀ ਦਾਦੀ, ਹੋਏ ਤੈਨੂੰ ਲੈ ਗਏ, ਰੋਣ ਦੇ ਹੀ ਆ ਵਿਚਾਰੀ, ਤੈਨੂੰ ਨੀ ਲੈ ਗਏ ਮੇਰੇ ਪੁੱਤ ਨੂੰ, ਮੇਰੇ ਪੁੱਤ ਨੂੰ ਨਹੀਂ ਲੈ ਗਏ, ਦਾਦੀ ਦਾਦੀ ਕਿ ਚਲ ਗਏ, ਚਲ ਗਏ ਨਾ ਮੇਰਾ ਪੁੱਤ, ਨਾ ਮੇਰਾ ਪੁੱਤ।